ਕਲਯੁੱਗ ਦੇ ਇਸ ਦੌਰ ਵਿੱਚ ਇਨਸਾਨ ਇੰਨਾ ਕੁ ਗਿਰ ਚੁੱਕਾ ਹੈ ਕਿ ਉਹ ਆਪਣੀ ਚਾਹਤ ਪੂਰੀ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਦੱਸ ਦਈਏ ਕਿ ਇੱਕ ਅਜਿਹਾ ਹੀ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ, ਜਿੱਥੇ ਕਿ 2 ਮਹੀਨਿਆਂ ਦੇ ਕਤੂਰਿਆਂ ਨੂੰ ਕਿਸੇ ਵਿਅਕਤੀ ਦੇ ਵੱਲੋਂ ਬੜੀ ਬੇਰਹਿਮੀ ਨਾਲ ਉਹਨਾਂ ਦੀਆਂ ਧੂਣਾ ਵੱਢ ਕੇ ਮਾਰਨ ਅਤੇ ਇੱਕ ਕਤੂਰੇ ਨੂੰ ਤੇਜ਼ ਧਾਰ ਹਥਿਆਰ ਨਾਲ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਉਹਨਾਂ 2 ਕਤੂਰਿਆਂ ਦੀਆਂ ਧੂਣਾ ਵੀ ਵੱਢ ਕੇ ਉਹ ਨਾਲ ਲੈ ਗਿਆ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਕਰਤੂਤ ਕਿਸੇ ਤਾਂਤਰਿਕ ਦੀ ਲੱਗਦੀ ਹੈ, ਜਿਸ ਨੇ ਆਪਣੀ ਇੱਛਾਵਾਂ ਦੀ ਪੂਰਤੀ ਦੇ ਲਈ ਬੇਜ਼ੁਬਾਨਾਂ ਦਾ ਕਤਲ ਕਰ ਦਿੱਤਾ। ਇਸ ਮਾਮਲੇ ਸੰਬੰਧੀ ਹੁਣ ਮੁਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਡੇ ਮੁਹੱਲੇ ਦੇ ਵਿੱਚ ਮੇਰੇ ਘਰ ਦੀ ਬਿਲਕੁਲ ਨਜ਼ਦੀਕ ਗਲੀ ਦੇ ਵਿੱਚ ਜਿਹੜਾ ਨਾ, ਹਾਂਜੀ, 2 ਮੀਨ ਕੀ ਕੱਲ ਰਾਤ ਸਵੇਰੇ ਕੋਈ ਸ਼ਰਾਰਤੀ ਅੰਸਰ ਜਿਹੜੇ ਆ, ਪਤਾ ਨਹੀਂ ਕੌਣ ਆ, ਹਾਂਜੀ, ਤੇ ਉਹ 2 ਬੱਚੇ ਮੀਨ ਕੀ ਕੁੱਤਿਆਂ ਦੇ ਛੋਟੇ ਛੋਟੇ, ਹਾਂਜੀ, ਜਿਨ੍ਹਾਂ ਦੇ ਉਹ ਗਲੇ ਲਾ ਕੇ ਲੈ ਗਏ। ਹਾਂਜੀ, ਇੱਕ ਬੱਚੇ ਨੂੰ ਬਹੁਤ ਜ਼ਿਆਦਾ ਜ਼ਖਮੀ ਕਰਦੇ, ਜੇ ਉਹਨੇ ਗਲ ਵਿੱਚ ਸੂਏ ਮਾਰੇ ਹੋਏ। ਠੀਕ ਆ, ਸਾਡੇ ਕੋਲ 1-2 ਵੀਡੀਓ ਫੁਟੇਜ ਆਈਆਂ ਹੋਈਆਂ ਆ, ਹਾਂਜੀ, ਜਿਹਦੇ ਵਿੱਚ ਇੱਕ ਬੰਦਾ ਹੋਰ ਜਿਹੜਾ ਆ ਕਿ ਕੁੱਤੇ ਨੂੰ ਬਹੁਤ ਬੇਰਹਿਮੀ ਨਾਲ ਦਾ ਕਤਲ ਕਰ ਰਿਹਾ ਆ, ਦਾਤ ਮਾਰ ਮਾਰ ਕੇ ਵੱਡੇ ਕੁੱਤੇ ਨੂੰ, ਪਰ ਉਹ ਅਜੇ ਟਰੇਸ ਨਹੀਂ ਹੋ ਰਿਹਾ ਕਿ ਬੰਦੇ ਦੀ ਲੁੱਕ ਕੀ ਆ। ਕੀ ਲੱਗਦਾ ਕੀ ਕਾਰਨ ਕੀ ਜਿਹੜਾ ਏਦਾਂ ਧੌਣਾ ਲਾ ਕੇ ਲੈ ਗਿਆ, ਉਹਦਾ ਸੂਏ ਮਾਰੇ ਗਏ? ਇਹ ਚੀਜ਼ ਤਾਂ ਸਾਨੂੰ ਕੁਛ ਨਹੀਂ ਪਤਾ ਜੀ, ਕਿ ਇਹ ਕੋਈ ਤਾਂਤਰਿਕ ਕਾਰਾ ਹੋ ਸਕਦਾ ਆ ਜਾਂ ਕੋਈ ਕੁਛ ਵੀ ਕਹਿ ਲਓ ਕਿ ਪ੍ਰਸ਼ਾਸਨ ਆ ਗਿਆ। ਪ੍ਰਸ਼ਾਸਨ ਆ ਗਿਆ ਜੀ, ਪ੍ਰਸ਼ਾਸਨ ਬਿਲਕੁਲ ਮੌਕਾ ਦੇ ਕੇ ਗਿਆ ਜਿੱਥੇ ਬੱਚੇ ਇਸ ਟਾਈਮ ਮਰੇ ਪਏ ਆ। ਠੀਕ ਹੈ ਜੀ, ਪੂਰੇ ਮੁਹੱਲੇ ਦੇ ਵਿੱਚ ਸਹਿਮ ਦਾ ਮਾਹੌਲ ਆ। ਠੀਕ ਹੈ ਜੀ, ਜਿਹੜੇ ਗਲੇ ਬੱਚਿਆਂ ਦੇ ਲਾਏ ਹੋਏ ਆ ਬਿਲਕੁਲ ਧੜ ਪਏ ਹੋਏ ਆ ਉਹਨਾਂ ਦੇ, ਇੱਕ ਬੱਚਾ ਜਿਹੜਾ ਕਿ ਬਹੁਤ ਜ਼ਿਆਦਾ ਜਿਹਦੇ ਕਿ ਸੂਏ ਮਾਰੇ ਜ਼ਖਮੀ ਆ, ਤੜਫ ਰਿਹਾ, ਜ਼ਖਮੀ ਆ, ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਾਹਿਲ ਚਾਵਲਾ ਵੈਲਫੇਅਰ, ਜਿਹੜੀ ਹੈ ਡੋਗ ਵੈਲਫੇਅਰ ਸੁਸਾਇਟੀ, ਉਹਦੇ ਵੱਲੋਂ ਚੱਲ ਰਿਹਾ। ਕੀ ਮੰਗ ਕਰਦੇ ਹੋ? ਮੰਗ ਕਰਦੇ ਹਾਂ ਕਿ ਕੱਲ ਨੂੰ ਸਾਡੇ ਆਪਣੇ ਵੀ ਸਾਰਿਆਂ ਦੇ ਬੱਚੇ ਹੈਗੇ ਆ, ਕਿ ਅੱਜ ਜੇ ਬੱਚਿਆਂ ਕੁੱਤੇ ਦੇ ਬੱਚਿਆਂ ਦੇ ਨਾਲ ਇਹ ਵਿਵਹਾਰ ਹੋ ਰਿਹਾ ਆ ਤੇ ਕੱਲ ਨੂੰ ਮੁਹੱਲੇ ਦੇ ਲੋਕ ਕਿੱਦਾਂ ਸੇਫ ਰਹਿਣਗੇ। ਇਸ ਲਈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਜੋ ਜਿਹਨੇ ਰੋਂਗ ਕੰਮ ਕੀਤਾ ਆ, ਬਿਲਕੁਲ ਕੈਮਰੇ ਟਰੇਸ ਕਰਕੇ ਹਰ ਤਰ੍ਹਾਂ ਦੇ, ਕਿਹੜੀ ਗਲੀ ਦੇ ਕੈਮਰੇ ਆ, ਕਿਹੜੇ ਕਿੱਥੇ ਲੱਗੇ ਹੋਏ, ਕੌਣ ਇੰਟਰੈਸ ਬੰਦਾ ਕਰ ਰਿਹਾ ਆ, ਮੀਨ ਕਿ ਇਹ ਗੱਲ ਹੈਗੀ 3-4 ਵਜੇ ਦੇ ਵਿੱਚ ਦੀ। ਲੋਕ ਜਿਹੜੇ ਦੱਸ ਰਹੇ ਕਿ 3-4 ਵਜੇ ਤੱਕ ਬਹੁਤ ਜ਼ਿਆਦਾ ਕੁੱਤੇ, ਪਤਾ ਕਿੱਦਾਂ ਲੱਗਾ? ਬਸ ਲੋਕਾਂ ਨੇ ਸਵੇਰੇ ਦੱਸਿਆ ਕਿ 3-4 ਵਜੇ ਤੱਕ ਕੁੱਤੇ ਬਹੁਤ ਜ਼ਿਆਦਾ ਭੌਂਕ ਰਹੇ ਸੀ, ਬਟ ਜਦੋਂ ਸਵੇਰੇ ਲੋਕਾਂ ਨੇ ਦੇਖਿਆ ਉੱਥੇ ਜਾ ਕੇ ਕਿ ਇੱਕ ਉਹਨਾਂ ਬੱਚਿਆਂ ਦੀ ਜਿਹੜੀ ਮਾਂ ਕੁੱਤਿਆਂ ਦੀ ਬਹੁਤ ਜ਼ਿਆਦਾ ਰੋ ਰਹੀ ਆ, ਜਦੋਂ ਲੋਕਾਂ ਨੇ ਜਾ ਕੇ ਉੱਥੇ ਦੇਖਿਆ ਤਾਂ ਬੱਚਿਆਂ ਦੇ ਜਿਹੜੇ ਗਲੇ ਜਿਹੜੇ ਸੀਗੇ ਉਹ ਧੜ ਅਲੱਗ ਪਏ ਸੀ ਅਤੇ ਗਲੇ ਹੈ ਨਹੀਂ ਸੀ ਬੱਚਿਆਂ ਦੇ। ਥੈਂਕ ਯੂ। ਔਰ ਕੁਛ ਗਲੀਆਂ ਦੇ ਵਿੱਚ ਦੇਖਿਆ ਕਿ ਬਲੱਡ ਬਹੁਤ ਜ਼ਿਆਦਾ ਖਿਲ ਰਿਹਾ ਹੋਇਆ। ਭਾਅ ਜੀ ਆਪਣੇ ਦਰਵੇਸ਼ ਸੀਗੇ, ਹਾਂਜੀ, ਜਾਨਵਰ ਆਪਣੇ ਇੱਥੇ ਰਹਿੰਦੇ ਅਤੇ ਯਾਨੀ ਕਿ ਉਹ 2 ਮਹੀਨੇ ਹੋਏ ਸੀ ਸੂਈ ਕੁੱਤੀ ਨੂੰ, ਅਤੇ ਉਹਨਾਂ ਦਾ ਯਾਨੀ ਕਿ ਕੱਲ੍ਹ ਰਾਤ ਸਾਨੂੰ ਸ਼ਾਮੀ ਪਤਾ ਲੱਗਾ ਵੀ ਯਾਨੀ ਕਿ ਇੱਥੇ ਮੁਹੱਲੇ 'ਚ ਵੀ ਉਹਨਾਂ ਦੀਆਂ ਧੌਣਾਂ ਲਾਤੀਆਂ ਗਈਆਂ ਨਾਲੋਂ, ਅਤੇ ਅਸੀਂ ਸ਼ਾਮੀ ਆ ਕੇ ਦੇਖਿਆ, ਸਾਰੇ ਮੁਹੱਲੇ ਨੇ ਵੀ ਸਾਰਾ ਦੇਖਿਆ ਵੇ ਇਹ ਯਾਨੀ ਕਿ ਗਲਤ ਕੰਮ ਕੀਤਾ, ਜੋ ਵੀ ਕੀਤਾ, ਜਿਹਨੇ ਵੀ ਕੀਤਾ, ਇਹਦੇ ਤੇ ਸਾਨੂੰ ਯਾਨੀ ਕਿ ਕਾਰਵਾਈ ਚਾਹੀਦੀ ਹੈ, ਬੰਦਾ ਫੜਿਆ ਜਾਣਾ ਚਾਹੀਦਾ। ਕੀ ਲੱਗਦਾ ਕਿੱਦਾਂ ਧੋਣਾ, ਕਿੱਦਾਂ ਬੜੀ ਇਹ ਕਾਲਾ ਐਲਮ ਕੀਤਾ ਲੱਗਦਾ ਭਾਜੀ, ਇਹ ਧੋਣਾ ਕੱਟੋਗੇ ਬੰਦਿਆਂ ਦਾ ਕੰਮ ਆ ਭਾਜੀ, ਇੱਥੇ ਪਰੇਸ਼ਾਨ ਤਾਂ ਭਾਜੀ, ਛੋਟੇ ਬੱਚੇ, ਛੋਟੇ ਜਾਨਵਰ, ਛੋਟੇ ਆ, ਛੋਟੇ ਜਾਨਵਰ ਦਾ ਕੀਤਾ ਕੋਈ? 2 ਮਹੀਨਿਆਂ ਦੇ ਬੱਚੇ ਸੀਗੇ, 2 ਮਹੀਨਿਆਂ ਦੇ, ਹਾਂ 2 ਮਹੀਨਿਆਂ ਦੇ ਬੱਚੇ ਸੀਗੇ। ਹਾਂਜੀ ਹਾਂਜੀ, ਕੀ ਲੱਗਦਾ ਕੀ ਆ ਪ੍ਰੋਪਰ ਭਾਜੀ? ਪ੍ਰੋਪਰ ਤਾਂ ਇਹੀ ਲੱਗਦਾ ਬੰਦੇ ਦਾ ਹੀ ਕੰਮ ਆ, ਬੰਦੇ ਦਾ ਕੰਮ, ਜਾਨਵਰ ਦਾ ਕੋਈ ਭਾਜੀ ਕਰ ਨਹੀਂ ਸਕਦਾ। ਇੱਕ ਕੁੱਤਾ, ਕਿੰਨੇ ਜਾਨਵਰ ਆ? 5 ਸੀਗੇ ਭਾਜੀ, 2 ਦੇ ਜਾਣ ਕੇ ਧੌਣਾ ਲਾਤੀਆਂ ਨਾਲ, 2 ਦੇ ਧੌਣਾ ਲਾਤੀਆਂ, ਤੇ 1 ਦਾ ਜਾਣ ਕੇ ਸੂਏ ਮਾਰੇ ਹੋਏ, ਉਹਦਾ ਆਪਰੇਸ਼ਨ ਕੀਤਾ ਜਾਣ ਕੇ ਆ, ਸਹੀ ਆ ਉਹ ਥੋੜਾ ਜਿਹਾ, ਹਾਂਜੀ, ਤੇ ਉਹਦੇ ਸਪਰੇਅ ਸੁੱਟੂ। ਕੀ ਮੰਗ ਕਰਦੇ ਹੋ? ਉਹ ਤਾਂ ਕੈਮਰੇ ਜਾਣ ਕੇ ਸਰਕਾਰ ਤੋਂ ਸਾਨੂੰ ਬਸ ਇਹ ਚਾਹੀਦਾ ਭਾਜੀ, ਇੱਕ ਕੈਮਰੇ ਸਾਡੇ ਇੱਥੇ ਲੱਗਣਾ ਚਾਹੀਦਾ, ਇੱਕ ਰੋਡ ਤੇ ਜਿਹੜਾ ਗਲਤ ਕੰਮ ਕੀਤਾ ਹੈ ਇਹ ਸਾਡੇ ਗਲਤ ਕੰਮ ਹੋਣਾ ਚਾਹੀਦਾ, ਇੱਕ ਸਾਡੇ ਇੱਥੇ ਕੈਮਰਾ ਲੱਗਾ ਚਾਹੀਦਾ ਬਸ।